ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਪਫੁਲੀ ਸਾਰੇ ਠੀਕ ਹੋਵੋਗੇ। ਸਟੇ ਹੋਮ ਗਾਇਸ, ਬਾਹਰ ਮਾਹੌਲ ਬਹੁਤ ਖਰਾਬ ਆ। ਤੁਹਾਡਾ ਮਨੋਰੰਜਨ ਕਰਨ ਲਈ ਇੱਕ ਚਾਰ ਕੁ ਲਾਈਨਾਂ ਲਿਖੀਆਂ ਸੀ, ਹੋਪਫੁਲੀ ਤੁਹਾਨੂੰ ਵਧੀਆ ਲੱਗਣੀਆਂ। ਜੇ ਵਧੀਆ ਲੱਗੀਆਂ ਕਮੈਂਟਾਂ ਜ਼ਰੂਰ ਦੱਸੋ ਕਿੱਦਾਂ ਲੱਗਿਆ, ਇੱਦਾਂ ਦਾ ਹੋਰ ਲਿਖਦੇ ਰਹਾਂਗੇ। ਧਿਆਨ ਦਿਓ ਜੀ, ਇਹਨਾਂ ਘੜੀਆਂ ਨੂੰ ਜੋੜ ਮੇਰੇ ਦਿੱਤੇ ਹੋਏ ਗਿਆਨ ਦੀ, ਦੱਸਦਾ ਧਿਆਨ ਦੀ ਜੀ ਸੁਣੋ ਵਿਗਿਆਨ ਦੀ। ਮੰਨ ਲਿਓ ਅੱਧੀ ਭਾਵੇਂ ਸਾਰੀ ਨਾ ਕਰੋ, ਪੈਸਾ ਰਿਸ਼ਤਿਆਂ ਉੱਤੇ ਕਦੇ ਭਾਰੀ ਨਾ ਕਰੋ। ਇੱਕ ਜੱਜਮੈਂਟ ਵਾਲਾ ਨਵਾਂ ਚੱਲਿਆ ਰਿਵਾਜ, ਜੱਜ ਕਰੋ ਨਾ ਜੀ ਸੂਟ ਜੱਜ ਸਾੜੀ ਨਾ ਕਰੋ। ਜੇ ਨੀ ਨਿਭਦੀ ਤੁਹਾਡੇ ਤੋਂ ਯਾਰੀ ਯਾਰੀ ਨਾ ਕਰੋ, ਉਹ ਜੇ ਇੱਕ ਵਾਰੀ ਗਲਤੀ ਦੁਬਾਰੀ ਨਾ ਕਰੋ। ਕਰਾਂ ਗਲਤੀ ਦੀ ਗੱਲ, ਕੌਣ ਗਲਤੀ ਕੀ ਕਰੇ, ਰਹਿੰਦੇ ਸਹੇਲੀਆਂ ਦੇ ਕੋਲ ਮੁੰਡੇ ਮਾਪਿਆਂ ਤੋਂ ਪਰੇ। ਇਹ ਕਿੱਦਾਂ ਦੇ ਨੇ ਬੈਲੀ ਸਾਲੇ, ਸਹੇਲੀਆਂ ਤੋਂ ਡਰੇ, ਨਸ਼ੇ ਕਰੇ ਖਰੇ ਖਰੇ, ਪੈਂਟ ਲੱਕ ਤੇ ਨਾ ਖੜੇ। ਮੈਂ ਵੀ ਦੇਖੇ ਬੜੇ ਬੜੇ ਵਾਲੇ, ਉੱਤੇ ਤੋਂ ਵੀ ਉੱਤੇ, ਇੱਥੇ ਵੱਧ ਇਨਸਾਨਾਂ ਨਾਲੋਂ ਵਫ਼ਾਦਾਰ ਕੁੱਤੇ। ਸੁੱਤੇ ਸੁੱਤੇ ਕੱਲ ਘਰੇ ਮੈਨੂੰ ਆਇਆ ਇੱਕ ਖੁਆਬ, ਮੇਰਾ ਨਸ਼ੇ ਤੇ ਬਿਮਾਰੀਆਂ ਨੇ ਦੱਬ ਲਿਆ ਪੰਜਾਬ। ਕੌਣ ਦਊਗਾ ਹਿਸਾਬ, ਕੌਣ ਦਊਗਾ ਜਵਾਬ, ਫਿਰ ਕਹਿੰਦੇ ਨੇ ਕਿ ਘਰੇ ਘਰੇ ਜੰਮਦੇ ਕਸਾਬ। ਜਿੰਨਾ ਸਿੱਖਦਾ ਰਹੂੰਗਾ ਉਨਾ ਲਿਖਦਾ ਰਹੂੰਗਾ, ਥੱਲੇ ਵਿਛਦਾ ਰਹੂੰਗਾ ਉੱਤੇ ਦਿਖਦਾ ਰਹੂੰਗਾ। ਗੱਲ ਇੱਕ ਹੀ ਕਹੂੰਗਾ ਕਿ ਅਖੀਰ ਕਿਵੇਂ ਚੱਲੂ, ਤੇਰਾ ਟੁੱਟ ਗਿਆ ਕਮਾਨ ਪੁੱਤ ਤੀਰ ਕਿਵੇਂ ਚੱਲੂ, ਤੇਰਾ ਟੁੱਟ ਗਿਆ ਕਮਾਨ ਪੁੱਤ ਤੀਰ ਕਿਵੇਂ ਚੱਲੂ, ਤੇਰਾ ਟੁੱਟ ਗਿਆ ਕਮਾਨ ਪੁੱਤ।